ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਦੀਨਾਨਗਰ, ਔਰ ਦੀਨਾਨਗਰ ਤੋਂ ਬੜੀ ਅਹਿਮ ਖਬਰ ਆ ਰਹੀ ਹੈ ਦੋਸਤੋ ਕਿ 6 ਬੰਦੇ ਦੇਖੇ ਗਏ ਔਰ ਇਹ ਦੀਨਾਨਗਰ ਵਿੱਚ ਵੇਖੇ ਗਏ, ਔਰ ਜਦੋਂ ਉਸ ਕਿਸਾਨ ਨੇ ਇਹਨਾਂ ਨੂੰ ਵੇਖਿਆ ਤਾਂ ਉਹਨਾਂ ਨੇ ਤੁਰੰਤ ਜਾ ਕੇ ਸਰਪੰਚ ਨੂੰ ਖਬਰ ਦਿੱਤੀ, ਔਰ ਫਿਰ ਕੀ ਸੀ, ਉਹਨਾਂ ਦੀ ਭਾਲ ਸ਼ੁਰੂ ਹੋ ਗਈ। ਲੇਕਿਨ ਭਾਲ ਸ਼ੁਰੂ ਹੋਣ ਤੋਂ ਬਾਅਦ ਕੀ ਅਪਡੇਟ ਹੈ ਉਸ ਵਾਸਤੇ ਚੱਲਦੇ ਹਾਂ ਜੀ ਸੁਖਦੇਵ ਰੰਧਾਵਾ ਜੀ ਦੇ ਕੋਲ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਰੰਧਾਵਾ ਸਾਹਿਬ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਹਾਂ ਸਰ, ਇਹ ਪਠਾਨਕੋਟ ਵੱਲੋਂ ਆਲਟੋ ਕਾਰ ਦੇ ਵਿੱਚ ਜਿਹੜੇ 6 ਸ਼ੱਕੀ ਦਹਿਸ਼ਤਗਰ ਸੀ ਸ਼ਾਇਦ, ਇਹਨਾਂ ਨੇ ਜਦੋਂ ਦੇਖੇ ਗਏ ਆ ਤਾਂ ਇਹਨਾਂ ਨੇ ਮੰਗਲਵਾਰ ਮਾਲ ਮੋੜ ਆ ਇੱਕ, ਜਿੱਥੇ ਇੱਕ ਆਲਟੋ ਕਾਰ ਨੂੰ ਇਹ ਨਾਕਾ ਤੋੜ ਕੇ ਜਦੋਂ ਇਹ ਗਾਂਹ ਵਧੇ ਆ ਤਾਂ ਇਹਦੇ ਮਗਰ ਹੀ ਜਿਹੜੀ ਆ ਆਪਣੇ ਸਕਿਉਰਿਟੀ ਗਾਰਡ ਆ ਜਿਹੜੇ ਸੁਰੱਖਿਆ ਕਰਮਚਾਰੀ ਆ ਉਹ ਚੜੇ ਆ ਤੇ ਇਹ ਇਹਨਾਂ ਨੇ ਆਪਣੀ ਜਿਹੜੀ ਕਾਰ ਆ ਇਹ ਇਹ ਇੱਕ ਦਰਿਆ ਵੱਲ ਨੂੰ ਮੋੜ ਦਿੱਤੀ ਆ ਤੇ ਜਿੱਥੇ ਅਗਲੇ ਪਾਸੇ ਉਹਨਾਂ ਨੂੰ ਕੋਈ ਪਲਟੂਨ ਕੋਲ ਨਹੀਂ ਮਿਲਿਆ ਤੇ ਉਹ ਇੱਕ ਜਿਹੜੀ ਕਾਰ ਆ ਉਹ ਫਿਰ ਛੱਡ ਕੇ ਜਿਹੜੇ ਆ ਉਹ ਦੌੜ ਗਏ ਆ ਤੇ ਉੱਥੇ ਇੱਕ ਕਿਸਾਨ ਸ਼ਾਦੀਪੁਰ ਦਾ ਬਲਬੀਰ ਸਿੰਘ ਆ ਜਿਹਨੇ ਉਹ ਵੇਖਿਆ ਸੰਦਿਗਧ ਤੇ ਉਹਨੇ ਆਪਣੇ ਸਰਪੰਚ ਨੂੰ ਜਾ ਕੇ ਦੱਸਿਆ ਤੇ ਜਿਸ ਤੋਂ ਬਾਅਦ ਜਿਹੜੀ ਆ ਇਹ ਇਤਲਾਹ ਜਿਹੜੀ ਪੁਲਿਸ ਤੱਕ ਪਹੁੰਚੀ ਆ। ਜੀ ਸੋਤਾ ਜੀ, ਰੰਧਾਵਾ ਸਾਹਿਬ ਉਹ ਕਿਸ ਤਰ੍ਹਾਂ ਦੀ ਪਹਿਚਾਣ ਦੱਸ ਰਿਹਾ ਸੀ ਉਹ ਕਿਸਾਨ ਜਿਹੜਾ ਸੀ ਸਰਪੰਚ ਸਾਹਿਬ ਨੂੰ, ਕਿਸ ਤਰ੍ਹਾਂ ਦੇ ਉਹਨਾਂ ਦੇ ਕੱਪੜੇ ਸੀ, ਕੀ ਬੈਗ ਵੀ ਸੀ ਜਾਂ ਕੀ ਹੁਲੀਆ ਦੱਸ ਰਿਹਾ ਸੀ? ਉਹ ਦੱਸ ਰਿਹਾ ਸੀ ਵੀ ਉਹਨਾਂ ਨੇ ਪਿੱਠੂ ਬੈਗ ਪਾਏ ਹੋਏ ਸੀ ਤੇ 4 ਤੋਂ 6 ਜਿਹੜੇ ਸੀ ਉਹ ਜਿਹੜੇ ਸੰਦਿਗਧ ਜਿਹੜੇ ਆ ਉਹਨੇ ਵੇਖਿਆ ਤੇ ਆਪਣੇ ਖੇਤਾਂ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਸੀ ਤਾਂ ਉਹਨੂੰ ਜਦੋਂ ਹੀ ਸੰਦਿਗਧ ਦੇਖਿਆ ਉਹਨਾਂ ਨੇ ਉਹ ਉਸੇ ਵਕਤ ਜਿਹੜੀ ਉਹ ਤਲਾਹ ਜਿਹੜੀ ਸਰਪੰਚ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਤਾਂ ਹੀ ਇਹ ਜਿਹੜੀ ਆ ਇਹ ਪੁਲਿਸ ਤੱਕ ਜਿਹੜੀ ਇਹ ਤਲਾਹ ਜਿਹੜੀ ਆ ਇਹ ਪਹੁੰਚੀ ਆ। ਇਹ ਭੋਆ ਦੇ ਆਪਣਾ ਹਲਕੇ ਦੇ ਵਿੱਚ ਜਿਹੜਾ ਵਾ ਸਾਦੀਪੁਰ ਆ ਉੱਥੇ ਦੇਖੇ ਗਏ ਆ ਤੇ ਹਾਂ ਇਹ ਜਿਹੜੀ ਕਾਰ ਆ ਜਿਹੜੀ ਛੱਡ ਕੇ ਆ ਉਹ ਜਿਹੜੀ ਆ ਪਿੰਡ ਮੁੱਠੀ ਤੋਂ ਜਿਹੜੀ ਆ ਇਹ JK ਨੰਬਰ ਦੀ ਕਾਰ ਆ ਜੰਮੂ ਕਸ਼ਮੀਰ ਕਾਰ ਨੰਬਰ ਆ ਜਿਹੜੀ ਆ ਉਹ ਉਹਨੂੰ ਜਿਹੜੀ ਆ ਸੁਰੱਖਿਆ ਕਰਮਚਾਰੀਆਂ ਨੇ ਜਿਹੜਾ ਵਾ ਉਹ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਜਿਹੜੇ ਸੰਦਿਗਧ ਆ ਉਹਨਾਂ ਦੀ ਭਾਲ ਜਿਹੜੀ ਆ ਉਹ ਬੜੀ ਵੱਡੀ ਪੱਧਰ ਤੇ ਤਲਾਸ਼ੀ ਜਿਹੜੀ ਆ ਉਹ ਤੇ ਮੁਹਿੰਮ ਤਲਾਸ਼ੀ ਮੁਹਿੰਮ ਜਿਹੜੀ ਉਹ ਚਲਾਈ ਜਾ ਰਹੀ ਆ, ਸਰਚ ਅਭਿਆਨ ਚਲਾ ਰਿਹਾ ਜਾ ਰਿਹਾ ਪਰ ਅਜੇ ਤੱਕ ਜਿਹੜੀ ਆ ਇਹ ਸੁਰੱਖਿਆ ਬਲਾਂ ਦੇ ਹੱਥ ਦੇ ਵਿੱਚ ਕੋਈ ਚੀਜ਼ ਜਾਂ ਕੋਈ ਇਹੋ ਜਿਹੀ ਵੀ ਕੋਈ ਗੱਲ ਜਿਹੜੀ ਆ ਅਜੇ ਤੱਕ ਨਹੀਂ ਲੱਗੀ ਪਰ ਇਹ ਦਹਿਸ਼ਤ ਦਾ ਮਾਹੌਲ ਜਿਹੜਾ ਲਗਾਤਾਰ ਜਿਹੜਾ ਵਾ ਉਹ ਬਾਰਡਰ ਏਰੀਏ ਦੇ ਵਿੱਚ ਬਣਿਆ ਹੋਇਆ। ਜੀ ਸੋਤਾ ਜੀ, ਰੰਧਾਵਾ ਸਾਹਿਬ ਜਿਹੜੀ ਸਰਚ ਕੀਤੀ ਜਾ ਰਹੀ ਉਹ ਪਿੰਡ ਪਿੰਡ ਵਿੱਚ ਕੀਤੀ ਜਾ ਰਹੀ ਹੈ ਜਾਂ ਕਿਸੇ ਫਸਲ ਬਾੜੀ ਨੂੰ ਲੈ ਕੇ ਉਹਦੇ ਵਿੱਚ ਕੀਤੀ ਜਾ ਰਹੀ ਹੈ? ਨਹੀਂ, ਆਲ ਓਵਰ ਜਿਹੜਾ ਇਲਾਕਾ ਵਾ ਉਸ ਨੂੰ ਜਿਹੜਾ ਵਾ ਪੁਲਿਸ ਵੱਲੋਂ ਤੇ ਅਰਧ ਸੈਨਿਕਾਂ ਵੱਲੋਂ ਜਿਹੜਾ ਵਾ ਉਹ ਸਰਚ ਅਭਿਆਨ ਲਗਾਤਾਰ ਜਾਰੀ ਆ ਪਿੰਡਾਂ ਦੇ ਵਿੱਚ ਵੀ ਤੇ ਖੇਤਾਂ ਦੇ ਵਿੱਚ ਵੀ ਜਿਹੜਾ ਵਾ ਉਹ ਸਰਚ ਅਭਿਆਨ ਜਾਰੀ ਆ ਜਿਹਦੇ ਲਾਗੇ ਲਾਗੇ ਜਿਹੜਾ ਦਰਿਆ ਆ ਉਹ ਦਰਿਆ ਦੇ ਲਾਗੇ ਜਿਹੜੀ ਸਾਰੀ ਜਿਹੜੀ ਆ ਇਹ ਸਰਚ ਅਭਿਆਨ ਜਿਹੜਾ ਉਹ ਵੱਡੀ ਤਗੜੀ ਜਿਹੜੀ ਆ ਉਹ ਫੋਰਸ ਦੇ ਨਾਲ ਚਲਾਇਆ ਜਾ ਰਿਹਾ। ਇਹ ਜ਼ਰੂਰ ਆ ਸ਼ਾਇਦ ਕਿ ਇੱਕ ਪਾਸੇ ਜਿਹੜਾ ਵਾ ਗਵਾਂਢੀ ਮੁਲਕ ਹੈ ਉਹ ਕਦੀ ਵੀ ਜਿਹੜੀ ਛੇੜਖਾਨੀ ਤੋਂ ਬਾਅਦ ਜਿਹੜਾ ਅਜੇ ਨਜ਼ਰ ਨਹੀਂ ਆ ਰਿਹਾ। ਜੀ ਸੋਤਾ ਜੀ, ਔਰ ਦੋਸਤੋ ਅਲੱਗ ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਆ, ਕੀ ਗੱਲਬਾਤ ਕੀਤੀ ਆ ਸੁਣੋ ਤੁਸੀਂ ਵੀ। ਪਹਿਲੀ ਇੱਥੇ ਫਿਰਨੀ ਦੇ ਨਾਲ 6 ਬੰਦੇ ਆਏ ਇੱਧਰੋਂ, ਤਿੰਨਾਂ ਨੇ ਕਿੱਟ ਪਾਈ ਹੋਈ ਹੈ ਪਿੱਛੇ ਤੇ 3 ਇੱਦਾਂ ਹੀ ਕਿ ਕੱਪੜੇ ਹੁੰਦੇ ਸਿੰਪਲੀ ਪਾਏ ਹੋਏ ਜਿੱਦਾਂ, ਤੇ ਮੈਂ ਜਿਹੜੇ ਦੇਖਿਆ ਤੇ ਉਹ ਇੱਧਰੋਂ ਮੋਟਰਸਾਈਕਲ ਆਇਆ ਇੱਕ ਮੋਟਰਸਾਈਕਲ, ਉਹ ਲੈਟ ਦੇਖ ਕੇ ਤੇ ਉਹ ਕਮਾਂ ਦੇ ਓਲੇ ਲੁਕ ਗਿਆ ਜਿੱਦਾਂ ਆਮ ਬਹਿ ਗਿਆ, ਤਿੰਨੇ 6 ਜਣੇ ਇੱਕ ਲਾਈਨ ਬਣਾ ਕੇ ਬਹਿ ਗਿਆ ਬੈਠ ਗਿਆ ਤੇ ਬਾਅਦ ਵਿੱਚ ਉਹਨਾਂ ਕਮਾਂ ਦੇ ਵਿੱਚ ਵੜ ਗਿਆ ਲਾਈਨਬਾਜ਼ੀ ਕਮਾਂ 'ਚ ਵੜ ਗਿਆ, ਤੇ ਮੈਂ ਜਿੱਦਾਂ ਟਰੈਕਟਰ ਲੈ ਕੇ ਤੇ ਪਤਾ ਨਹੀਂ ਦੂਜੀ ਪੈਲੀ 'ਚ ਚੱਲ ਗਿਆ ਬੜੀ 'ਚ, ਫਿਰ ਮੈਂ ਸਰਪੰਚ ਨੂੰ ਫੋਨ ਮਾਰਿਆ ਵੀ ਇੱਦਾਂ ਉੱਪਰੇ ਬੰਦੇ 6 ਜਿਹੜੇ ਵੀ ਉਹ ਸਾਡੀ ਪੈਲੀ 'ਚ ਜਿੱਦਾਂ ਘੁੰਮਣ ਡਿਆ, ਤੇ ਸਰਪੰਚ ਸਾਹਿਬ ਕਹਿੰਦਾ ਵੀ ਕੀ ਹਿਸਾਬ ਸਾਹਿਬ, ਮੈਂ ਵੀ ਪਿੰਡ ਦੇ ਤੇ ਨਹੀਂ ਬੰਦੇ, ਮੈਂ ਨਹੀਂ ਪਿੰਡ ਦੇ ਨਹੀਂ ਹੈਗੇ ਬੰਦੇ ਉੱਪਰੇ ਬਾਹਰ ਦੇ ਆ, ਲੰਬੇ ਹਾਈਟ ਹੁੰਦੇ ਯਾਨੀ ਕਿ 6 ਫੁੱਟ ਦੇ ਲਾਗੇ ਸਾਗੇ ਹੈਗੀ ਉਹਨਾਂ ਦੀ। 2 ਵਜੇ ਦੇ ਕਰੀਬ ਸਾਨੂੰ ਫੋਨ ਗਿਆ ਸੀ ਪਿੰਡ ਦੇ ਲੰਬੜਦਾਰ ਦਾ ਕਿ ਸਾਡੇ ਪਿੰਡ ਬਲਬੀਰ ਨਾਂ ਦਾ ਵਿਅਕਤੀ ਪੈਲੀ ਵਾ ਰਿਹਾ ਸੀ ਆਪਣੀ ਕਣਕ ਬੀਜ ਰਿਹਾ ਸੀ, ਉਹਨੇ ਸ਼ੱਕੀ ਬੰਦੇ ਕੋਈ ਦੇਖੇ ਨੇ ਕਮਾਦ ਦੇ ਲਾਗੇ। ਮੈਂ ਆਪਣੇ ਥਾਣੇ ਦੀ ਫੋਰਸ ਲੈ ਕੇ ਸਾਰੀ ਸਰਚ ਕਰ ਲਈ ਹੈ ਇਲਾਕੇ ਜਾ ਕੇ, ਇਹਦੀ ਹਾਈ ਅਲਰਟ ਹੋਇਆ ਪਿਆ, ਸਾਰੇ ਨਾਕੇ ਚੱਲ ਰਹੇ, ਚੈਕਿੰਗ ਚੱਲ ਰਹੀ ਹੈ, ਅਸੀਂ ਕਮਾਦ ਚੈੱਕ ਕਰ ਲਿਆ, ਆਪ ਅੰਦਰ ਹੋ ਕੇ ਸਾਰਾ ਕਮਾਦ ਚੈੱਕ ਕਰ ਲਿਆ, ਕੋਈ ਇਹੋ ਜਿਹੀ ਗੱਲਬਾਤ ਨਹੀਂ, ਪਰ ਫਿਰ ਵੀ ਪ੍ਰੀਕੋਸ਼ਨ ਮਈਅਰ ਲਈ ਅਸੀਂ ਸਾਰੇ ਵੀ ਜੋ ਵੀ ਹੈ ਆਪਣੇ ਨਾਕੇ ਆਪਣਾ ਹਾਈ ਅਲਰਟ ਆਪਣੇ ਲਿੰਕ ਰੋਡ ਸਾਰੇ ਚੈੱਕ ਕਰ ਰਹੇ ਹਾਂ, ਕਿਸੇ ਤਰ੍ਹਾਂ ਦੀ ਕਿਸੇ ਨੂੰ ਵੀ ਤਲਾਹ ਮਿਲਦੀ ਸਾਨੂੰ ਉਸ ਵੇਲੇ ਦੱਸੋ, ਪੁਲਿਸ ਪੂਰੀ ਸੁਚੇਤ ਹੈ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ, ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।